ਪਿੰਡ ਵਾਲਾ ਟਾਲੀ ਪਾਉਣ ਲਈ ਵਾਧਾ ਹੋਇਆ ਹਨੀ ਨਾਮਾ ਮੇਰੇ ਵੀਰਿਓ ਲੈ ਵੀ ਸੱਤ ਪਾਲ ਤਾਲਮੇਲ ਰੱਖਣ ਤੇ ਕਬੱਡੀ ਪੂਰੀ ਨਹੀਂ ਨਾ ਹੁੰਦੀ ਬਾਈ ਬਣ ਕੇ ਵਿੱਚ ਥੋੜਾ ਜਿਹਾ ਦੇਖ ਕੇ ਅੱਗੇ ਪਿੱਛੇ ਇੱਧਰ ਸਾਹਮਣੇ ਕਹਿੰਦੇ ਮੁੱਲਾਪੁਰ ਪਿੰਡ ਆ ਮੇਰੇ ਵੀਰਿਓ ਪਰ ਪਹਿਲੀ ਕਬੱਡੀ ਪਹਿਲਾ ਸੈਮੀ ਫਾਈਨਲ 55 ਤੇ 31000 ਦੀ ਗੱਲ ਹੁੰਦੀ ਹੈ ਸਰਬਜੀਤ ਮਨੀਲਾ ਵਾਲਾ ਕਹਿੰਦਾ ਵੀ ਪਹਿਲੀ ਕਬੱਡੀ 200 ਦੇ ਵੱਡੇ ਵਾਰ ਹੋਣਗੇ ਪਰ ਪਹਿਲੀ ਕਬੱਡੀ ਕਹਿੰਦੇ ਕਾਲੀ ਪਾਉਣ ਲਈ ਵਧਿਆ ਹੋਇਆ ਪਰ ਅੱਜ ਜੱਸਾ ਕਹਿੰਦੇ ਸੰਗਤਪੁਰਾ ਪਿੰਡ ਹੈ ਇੱਕ ਸਾਲ ਕੈਨੇਡਾ ਖੇਡਿਆ ਬੜਾ ਵੱਡ ਖੋਣਾ ਜਾਫੀ ਹੈ ਪਰ 200 ਦੀ ਗੱਲ ਹੈ ਪਰ 200 ਦੀ ਗੱਲ ਹੈ ਲੱਕੀ ਆ ਜਿਹੜਾ ਕਾਲੀ ਖੇਡਦਾ ਨਾ ਇਹਦੀ ਇਸ ਨਗਰ ਦੇ ਵਿੱਚ ਵੀ ਰਿਸ਼ਤੇਦਾਰੀ ਹੈ ਉਧਰੋਂ ਪ੍ਰਬੰਧਕ ਬੈਠੇ ਨੇ ਤੇ ਕਿਹੜਾ ਨੰਬਰ ਲੈ ਗਿਆ ਲੈ ਵੀ 500 ਦੀ ਕਬੱਡੀ ਲੈ ਗਿਆ ਕਾਲਾ ਕਾਲੂ ਕਾਲੂ ਸਾਡਾ ਵੀਰ ਕਾਲੀ ਕਾਲੀ ਲੈ ਵੀ ਜਸ਼ਨ ਕਹਿੰਦੇ ਆਲਮਗੀਰ ਵਾਲਾ ਕਬੱਡੀ ਪਾਉਂਦਾ ਹੈ ਜਸ਼ਨ ਆਲਮਗੀਰ ਪਿੰਡਾ ਮੇਰੇ ਵੀਰ ਪਹਿਲਵਾਨਾਂ ਦਾ ਕਹਿੰਦੇ ਖਾਣਾ ਮਸ਼ਹੂਰ ਹੈ ਉਸੇ ਪਰਦਾ ਆਲਮਗੀਰੀਆ ਕਹਿੰਦੇ ਜਸ਼ਨ ਕਬੱਡੀ ਪਾਉਂਦਾ ਪਹਿਲਾ ਸੈਮੀ ਫਾਈਨਲ 55 ਤੇ 31000 ਨਿਪਰਦੀਆਂ ਹੋਈਆਂ ਟੀਮਾਂ ਨੇ ਇਹ ਟੀਮ ਇਹਨਾਂ ਵਿੱਚੋਂ ਜਿੱਤੂਗੀ ਉਹ 31000 ਤੇ ਪੁੱਜੇਗੀ ਪੱਬੀਆਂ ਦਾ ਕਬੱਡੀ ਕਾਪਾ ਸ਼ਾਮਾਂ ਢੱਲਣ ਤੇ ਆਈਆਂ ਹੋਈਆਂ ਨੇ ਉੱਧਰ ਸਾਡਾ ਵੀਰ ਕਹਿੰਦੇ ਇਕਬਾਲ ਵਰਗੇ ਪੁੱਜੇ ਹੋਏ ਨੇ ਜਗਦੀਸ਼ ਵਰਗੇ ਪੁੱਜੇ ਹੋਏ ਨੇ ਪਰ ਇੱਧਰ ਕਹਿੰਦੇ ਜਸ਼ਨ ਪਹਿਲਾ ਅੰਕ ਆਪਣੀ ਟੀਮ ਦੇ ਹਿੱਸੇ ਜੁੜ ਚੁੱਕਿਆ ਹੈ ਦੀਪੂ ਨਾਮ ਆ ਮੇਰੇ ਵੀਰਿਓ ਉੱਪਰ ਦਾ ਖਿਡਾਰੀ ਹੈ ਜੇ ਮਿਹਨਤ ਕਰਦਾ ਕੱਲ ਨੂੰ ਸਟਾਰ ਬਣ ਜਾਣਾ ਨੌਜਵਾਨ ਨੇ ਲਾਟੀ ਮਾਜਰੀ ਦਾ ਧੰਨਵਾਦ ਕਰਦੇ ਆ ਟੀਮ ਲੈ ਕੇ ਪੁੱਜਿਆ ਹੈ ਸਪਰੇ ਜਿਹੜੀ ਗਰਾਊਂਡ ਦੇ ਵਿੱਚ ਜ਼ਰੂਰ ਭੇਜ ਦਿੱਤੀ ਜਾਵੇ ਲਓ ਕਬੱਡੀ ਪੈ ਗਈ ਹੈ ਦੂਸਰੇ ਬੰਨੇ ਬੱਧਣੀ ਖੁਰਦ ਵਾਲਾ ਜਿੱਥੋਂ ਦਾ ਕੀਪਾ ਕਹਿੰਦੇ ਜਿਹਨੂੰ ਚਿੱਤੇ ਦੇ ਨਾਲ ਕਹਿੰਦੇ ਨਵਾਜਿਆ ਜਾਂਦਾ ਮੇਰੇ ਪੰਜਾਬੀ ਵੀਰੋ ਕੈਨੇਡਾ ਦੀ ਧਰਤੀ ਤੇ ਚਿੱਤੇ ਜਿੰਨੀ ਦੌੜ ਆ ਕਹਿੰਦੇ ਖਿਡਾਰੀ ਦੀ ਔਰ ਚਿੱਤੇ ਦਾ ਖਿਤਾਬ ਦਿੱਤਾ ਗਿਆ ਆ ਬੱਧਣੀ ਵਾਲਾ ਪਿੰਦਰੀ ਦੇਖ ਲਏ ਆਪਾਂ ਇਹ ਆਸਟ੍ਰੇਲੀਆ ਵੱਲੋਂ ਖੇਡਿਆ ਜਦੋਂ ਵਰਲਡ ਕੱਪ ਹੋਇਆ ਆਹ ਮੁੰਡਾ ਜਿਹੜਾ ਕਬੱਡੀ ਪਾ ਰਿਹਾ ਹੈ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਇਟਲੀ ਦਾ ਪੱਕਾ ਮੇਰੇ ਮਿੱਤਰੋ ਸਾਡਾ ਵੀਰ ਆਸਟ੍ਰੇਲੀਆ ਦਾ ਪੱਕਾ ਖਿਡਾਰੀ ਹੈ ਲਓ ਇਸ ਸਮੇਂ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਆਸਟ੍ਰੇਲੀਆ ਵਾਲਾ ਪਿੰਦਰੀ ਬੱਧਣੀ ਖੁਰਦ ਵਾਲਾ ਜਿੱਥੋਂ ਦੇ ਜਗਰਾਜ ਹੋਣੀ ਕਬੱਡੀ ਦਾ ਕੱਪ ਕਰਵਾਉਂਦੇ ਨੇ ਲਓ ਪਿੰਦਰੀ ਦੀ ਪੈਂਦੀ ਹੋਈ ਕਬੱਡੀ ਤੇ ਗੱਲ ਲੱਕੀ ਚੱਟਾ ਵਾਲਾ ਕਹਿੰਦੇ ਪਿੰਦਰੀ ਦੀ ਕਬੱਡੀ ਹੈ ਪਰ ਕਹਿੰਦੇ ਆ ਸਾਪੂਆ ਮਾਜਰੀ ਪਿੰਡ ਵਾਲਾ ਕਿਉਂਕਿ ਚੰਗੇ ਚੰਗੇ ਧਾਵੀ ਨੂੰ ਡੱਕਣ ਦਾ ਦਮ ਰੱਖਦਾ ਪਰ ਇੱਕ ਪਾਸੇ ਪਿੰਦਰੀ ਨੂੰ ਤਜਰਬਾ ਕਬੱਡੀ ਦਾ ਪਰ ਕਹਿੰਦੇ ਸਾਪੂ ਨੇ ਬਗਲ ਭਰੀ ਹੋਈ ਹੈ ਪਰ 30 ਗੜ ਦਾ ਸਮਾਂ ਪਰ ਪੱਕ ਕੀ ਦੇ ਹਿੱਸੇ ਵਿੱਚ ਜੁੜਦਾ ਤਾੜੀ ਬੱਜੂਗੀ ਬੱਜੂ ਤਾੜੀ ਤਾੜੀ ਬੱਜੂ ਮੇਰੇ ਵੀਰੋ ਵਾਹ ਵਾਹ ਜੇ ਤਾੜੀ ਮਾਰ ਦੋ ਦੱਬ ਕੇ ਪਹਿਲਾ ਸੈਮੀ ਫਾਈਨਲ ਖੜਕਾ ਰੜਕਾ ਸਾਹਮਣੇ ਤਜਰਬੇ ਦੀ ਖੇਡ ਹੈ ਔਰ ਮੁੰਡੇ ਕੋਲੇ ਬਰੀਕੀਆਂ ਬੜੀਆਂ ਉਹਨੂੰ ਪਤਾ ਲੱਗ ਗਿਆ ਬਈ ਗਰਾਊਂਡ ਜਿਹੜੀ ਤਿਲਕਣ ਮਰਜੀ ਦੀ ਹੈ ਤੇ ਮੌਸਮ ਵੀ ਠੰਡਾ ਹੋ ਗਿਆ ਗਰਾਸ ਦੇ ਉੱਤੇ ਥੋੜੀ ਥੋੜੀ ਕਹਿੰਦੇ ਤਰੇਲ ਪੈ ਰਹੀ ਹੈ ਤੇ ਪਿੰਦਰੀ ਨੇ ਦਿਮਾਗ ਤੋਂ ਕੰਮ ਲਿਆ ਇੱਧਰ ਸਹਿਰ ਜਿਹੜਾ ਬਾਹਰ ਨਿਕਲ ਗਿਆ ਕਬੱਡੀ ਹੈ ਦੀਪੂ ਸਾਡਾ ਵੀਰ ਕਬੱਡੀ ਪਾਉਂਦਾ ਦਲਜੀਤ ਮੱਲੀ ਕੈਨੇਡਾ ਦਾ ਧੰਨਵਾਦ ਹੈ ਗੁਰਮੀਤ ਬਿੱਟੂ ਦਾ ਭਰਾ ਵਾ ਲੱਖ ਰੁਪਇਆ ਰੁਪਏ USA ਵਿੱਚ ਰਹਿੰਦਾ ਹੈ ਪਰ ਅੱਜ ਕਹਿੰਦੇ ਵਿਸ਼ੇਸ਼ ਤੌਰ ਤੇ ਪੁੱਜਿਆ ਹੋਇਆ 77000 ਰੁਪਇਆ ਤੇ ਸਰਬਜੀਤ ਮਨੀਲਾ ਵਾਲੇ ਦਾ ਧੰਨਵਾਦ ਕਰਦੇ ਆ ਸਾਡਾ ਭਰਾ ਹਰ ਸਾਲ ਕਹਿੰਦੇ ਵੱਡੇ ਸਹਿਯੋਗ ਦਿੰਦਾ ਕੋਠੇ ਹਾਸ ਪਿੰਡ ਹੈ ਨਾਲ ਹੀ ਬਲਜੀਤ ਕੌਰ ਮੱਲੀ ਐਜੂਕੇਸ਼ਨ ਬਾਬਾ ਨਰਸਿੰਗ ਟਰੈਵਲ ਵਾਲੇ ਦਾ ਧੰਨਵਾਦ ਕਰਦੇ ਆ ਜਿਹਨਾਂ ਵੱਲੋਂ 75 ਦਾ 25000 ਰੁਪਇਆ ਨਾਮ ਹੈ ਪਰ ਹਰਜੀਤ ਸਿੰਘ ਜੀ ਦੇ ਵੱਲੋਂ ਇਸ ਰੇਡਰ ਦੇ ਲਈ ਅਜਾਫੀ ਦੇ ਲਈ ਬਹੁਤ ਸਾਰਾ ਮਾਣ ਪੁੱਜਿਆ ਹੈ ਆ ਬਈ ਪਾਣੀ ਵਾਲਿਆ ਮਾਇਆ ਨਾਲ ਦੀ ਨਾਲ ਫੜੀ ਗੱਲ ਭਰਾਵਾ ਹੈਲੋ ਪਾਣੀ ਵਾਲਾ ਮਾਇਆ ਜ਼ਰੂਰ ਨਾਲ ਦੀ ਨਾਲ ਧਰਮਿੰਦਰ ਵੀਰ ਵੱਲੋਂ ਆ ਕਬੱਡੀ ਤੇ 200 ਦਾ ਨਾਮ ਹੈ ਧਰਮਿੰਦਰ ਵੀਰ ਵੱਲੋਂ ਸਰਬੀਰ ਸਿੰਘ ਜੀ ਮਣੀਲਾ ਵਾਲਿਆਂ ਦਾ ਸਤਪਾਲ ਸਾਡੀ ਪ੍ਰਬੰਧਕ ਕਮੇਟੀ ਦੇ ਹੱਥ ਜੋੜ ਕੇ ਬੇਨਤੀ ਹੈ ਅਲਾਉਂਸਰ ਆ ਬਈ ਅਸੀਂ ਬੋਲਣ ਆਉਂਦੇ ਹਾਂ ਅਸੀਂ ਨਾ ਹੀ ਬੋਲਣੇ ਨੇ ਪਰ 2 ਮੈਚ ਨੇ ਬਾਕੀ ਲੋਕਾਂ ਨੂੰ ਸਵਾਦ ਨਾਲ ਦੇਖ ਲੈਣ ਦਿਓ ਕਿਉਂਕਿ ਸਵਾਦ ਆਉਣਾ ਚਾਹੀਦਾ ਸਰਬਜੀਤ ਮਨੀਲਾ ਵਾਲਾ ਕਹਿੰਦਾ ਵੀ 200 ਰੁਪਇਆ ਦਵਾਂਗੇ ਆਪਾਂ ਸੋ ਬੜੀ ਮਿਹਰਬਾਨੀ ਲਓ ਕਾਲੀ ਵੀ ਪੈਂਦੀ ਹੋਈ ਕਬੱਡੀ ਹੈ ਕੋਈ ਹਨੀ ਕਹਿ ਦਿੰਦਾ ਕੋਈ ਕਾਲੀ ਕਹਿ ਦਿੰਦਾ ਉਧਰੋਂ ਥਾਪੀ ਮਾਰੀ ਆ ਪੱਟ ਤੇ ਲਲਕਾਰਿਆ ਤੇ ਵਗਾਰਿਆ ਮੁੱਲਾਪੁਰੀਆ ਕਹਿੰਦੇ ਇਸ ਸਮੇਂ ਹਨੀ ਕਬੱਡੀ ਪਾਉਂਦਾ ਹੈ ਲੈ ਵੀ ਸਗਦੌਤ ਵਾਲਿਆ ਜੱਫਾ ਤੇਰਾ ਦੇਖਣ ਦੁਨੀਆ ਤਰਸਦੀ ਹੈ ਲਓ ਇੱਕ ਬੰਨੇ ਇਹ ਆ ਕਹਿੰਦੇ ਵਿੱਕੀ ਮੇਰੇ ਵੀਰੇ ਗਰੀਬ ਘਰ ਦਾ ਮੁੰਡਾ ਪਰ ਕਹਿੰਦੇ ਅੱਜ ਕੱਲ੍ਹ ਪੱਲੇ ਬੱਲੇ ਕਰਵਾਉਂਦਾ ਹਲਕੀ ਚੋਟ ਲੱਗੀ ਹੈ ਹਰਜੀਤ ਸਿੰਘ ਜੀ ਇਟਲੀ ਵੱਲੋਂ 100 ਦੇ ਮਾਣ ਨੇ ਦਲਜੀਤ ਜੀਤਾ ਕੈਨੇਡਾ ਸਾਰਾ ਵੀ ਗੁਰਮੀਤ ਬਿੱਟੂ ਤੇ ਰਵੀ USA ਵਾਲਾ ਸਰਬਜੀਤ ਮਨੀਲਾ ਸਾਡਾ ਭਰਾ ਇੰਨਾ ਸਾਰੇ NRI ਦਾ ਧੰਨਵਾਦ ਕਰਦੇ ਆ ਜਸ਼ਨ ਸ਼ਹੀਦ ਹਰਨੇਕ ਸਿੰਘ ਜੀ ਉਹਨਾਂ ਦੇ ਭਰਾ ਹਰਜੀਤ ਸਿੰਘ ਜੀ ਇਟਲੀ ਵਾਲੇ ਉਹਨਾਂ ਵੱਲੋਂ 100 ਦੇ ਵੱਡੇ ਮਾਣ ਪੁੱਜਦੇ ਹੋਏ ਨੇ ਜਸ਼ਨ ਕਹਿੰਦੇ ਅਲਮਗੀਰੀਆ ਕਬੱਡੀ ਪਾਉਂਦਾ ਮੇਰੇ ਵੀਰਿਓ ਅੱਜ ਕਹਿੰਦੇ ਪੱਬੀਆਂ ਦਾ ਕਬੱਡੀ ਕੱਪ ਆਪਣੀਆਂ ਜਾਦਾਂ ਛੱਡਦਾ ਹੋਇਆ ਕਹਿੰਦੇ ਅੱਜ 47 ਸਾਲ ਹੋ ਗਏ ਨੇ ਰਵੀ USA ਵਾਲਾ ਕਹਿੰਦਾ ਜਦੋਂ 50 ਸਾਲ ਹੋ ਗਏ ਕਹਿੰਦਾ ਜੁਬਲੀ ਮਨਾਈ ਜਾਣੀ ਇਸ ਵਾਰ ਜੁਬਲੀ ਮਨਾਈ ਜਾਵੇਗੀ ਕਹਿੰਦੇ ਵੱਡੇ ਸਨਮਾਨ ਹੋਣਗੇ ਇਤਿਹਾਸ ਰਚਿਆ ਜਾਣਾ ਇਸ ਕਬੱਡੀ ਕੱਪ ਦੇ ਉੱਤੇ ਜਦੋਂ 2021 ਵਿੱਚ ਕਬੱਡੀ ਕੱਪ ਹੋਊਗਾ ਹਾਂਜੀ ਉਧਰੋਂ ਰਵੀ ਸਾਡਾ ਵੀਰ ਕੱਲ੍ਹ ਤੋਂ ਜਾਣਕਾਰੀ ਦਿੰਦਾ ਹੈ ਜਦੋਂ
ਕਹਿੰਦੇ ਵੀ 2021 ਦੀ ਗੱਲ ਹੋਵੇਗੀ ਨਾ ਉਦੋਂ ਸਿਲਵਰ ਜੁਬਲੀ ਜਿਹੜੀ ਟੂਰਨਾਮੈਂਟ ਮਨਾਇਆ ਜਾਵੇਗਾ ਜਿਹਦੇ ਵਿੱਚ ਪਿੰਡ ਪੱਧਰ ਦੇ ਖਿਡਾਰੀ ਅੰਤਰਰਾਸ਼ਟਰੀ ਖਿਡਾਰੀ ਜਿਹੜੇ ਕਹਿੰਦੇ ਵੀ ਕਬੱਡੀ ਕੱਪ ਕਰਵਾਇਆ ਜਾਵੇਗਾ ਆਹ ਲੋਕਾਂ ਦਾ ਤੇ ਬਜਨੀ ਦੇ ਖਿਡਾਰੀ ਜਿਹੜੇ ਖੇਡਣਗੇ ਬਹੁਤ ਬਹੁਤ ਧੰਨਵਾਦ ਕਰਦੇ ਰਵੀ ਯੂਐਸਏ ਵਾਲੇ ਦਾ ਬੜੀ ਪ੍ਰਮਾਤਮਾ ਦੀ ਮਿਹਰ ਹੈ ਯੂਐਸਏ ਦੇ ਵਿੱਚ ਤਕੜਾ ਕਾਰੋਬਾਰ ਹੈ ਕਿ ਲਾਲੇ ਪੰਪ ਪਾਲੇ ਟਰਾਲੇ ਵਧੀਆ ਸਟੋਰ ਜਿਹੜੇ ਨੇ ਮੇਰੇ ਪੰਜਾਬੀ ਵੀਰੋ ਉਹਦਾ ਕਾਰੋਬਾਰ ਤਕੜਾ ਹੈ ਦਲਜੀਤ ਸਿੰਘ ਜੀ ਮੱਲੀ ਕੈਨੇਡਾ ਵਾਲਿਆਂ ਦਾ ਵੀ ਧੰਨਵਾਦ ਕਰਦੇ ਹਾਂ ਸਰਬੀਰ ਸਿੰਘ ਜੀ ਮਡੀਲਾ ਵਾਲਿਆਂ ਦਾ ਧੰਨ ਧੰਨ ਬਾਬਾ ਨੰਦ ਸਿੰਘ ਜੀ ਟਰੈਵਲ ਐਂਡ ਸਾਡੇ ਆਈਲੈਟ ਸੈਂਟਰ ਵਾਲਿਆਂ ਦਾ ਵੀ ਧੰਨਵਾਦ ਹੈ ਤੇ ਨਾਲ ਜਿੰਨੇ ਵੀ ਸਮੁੱਚੀ ਨਗਰੀ ਬੈਠੀ ਹੈ ਜਿਨ੍ਹਾਂ ਨੇ 1 ਰੁਪਏ ਤੋਂ ਲੈ ਕੇ ਹਜ਼ਾਰਾਂ ਰੁਪਈਆ ਲੱਖਾਂ ਦਿੱਤਾ ਹੈ ਸਭ ਪਰਿਵਾਰਾਂ ਦਾ ਧੰਨਵਾਦ ਹੈ ਜੀ ਸਾਹਮਣੇ ਕਹਿੰਦੇ ਦੀਪੂ ਕਬੱਡੀ ਪਹੁੰਚਦਾ ਦਲਜੀਤ ਜੀਤਾ ਕੈਨੇਡਾ ਦੇ ਕਰਨੀਤ ਬਿੱਟੂ ਕਹਿੰਦਾ ਮੇਰੇ ਲਈ 500 ਦੇ ਵੱਡੇ ਮਨ ਭੇਜਦੇ ਨੇ ਮੇਰੇ ਬੋਲਾਂ ਤੋਂ ਖੁਸ਼ ਹੋ ਕੇ ਧੰਨਵਾਦ ਕਹਿੰਦੇ ਸਰ ਜੀ ਮਨੀਲਾ ਵਾਲਾ ਕਹਿੰਦਾ 500 ਮੇਰੇ ਵੱਲੋਂ ਹੈ ਉੱਧਰ ਸੁਖਵਾਤ ਸਿੰਘ ਜੀ ਮਾਸਟਰ ਸਾਹਿਬ ਚੌਂਕੀ ਮਾਨਵ ਰਾਣਾ ਗਰੀਸ਼ ਵਾਲਾ ਪੁੱਜਿਆ ਹੋਇਆ ਪਰ ਇੱਧਰ ਕਹਿੰਦੇ ਦੀਪੂ ਦੀ ਕਬੱਡੀ ਹੈ ਪਰ ਆਹ ਕਹਿੰਦੇ ਸੰਗਤਪੁਰਾ ਪਿੰਡ ਜੱਸਾ ਨਾਮ ਹੈ ਜਦੋਂ ਕਿਸਾਨ ਕੈਨੇਡਾ ਖੇਡਿਆ ਜਦੋਂ ਗਿੱਟੇ ਖਿੱਚੇ ਤਾਂ ਕਹਿੰਦੇ ਮੇਰੇ ਮੇਰੇ ਬੱਲੇ ਬੱਲੇ ਕਰਵਾਈ ਹੈ ਜੱਸਾ ਕਹਿੰਦੇ ਸੰਗਤਪੁਰੀ ਹੈ ਆਹ ਕਤਾਬੀ ਦੇ ਹਿੱਸੇ ਜੁੜਦਾ ਹੋਇਆ ਲਓ ਉਧਰੋਂ ਫੇਰ ਪਿੰਦਰੀ ਨੇ ਉਡਾਨ ਭਰੀ ਹੈ ਡੌਲੇ ਉੱਤੇ ਕਹਿੰਦੇ ਵੀ ਬੱਬਰ ਸ਼ੇਰ ਘੂੜੀਆਂ ਵੱਜਦਾ ਹੈ ਲਲਕਾਰ ਦਾ ਤੇ ਬੰਗਾਰ ਦਾ ਪਿੰਦਰੀ ਬੱਧਣੀ ਖੁਰਦ ਵਾਲੇ ਦੀ ਪੈਂਦੀ ਹੋਈ ਕਬੱਡੀ ਤੇ ਚਾਰ ਵੀਰ ਖੜੇ ਨੇ ਸੰਗਤ ਜੁੜੀ ਹੋਈ ਹੈ ਐਨਆਰਆਈ ਵੀਰ ਨਿਰਦੇ ਜਰੀਏ ਮੈਚਾਂ ਦਾ ਆਨੰਦ ਮਾਣਦੇ ਨੇ ਉਧਰੋਂ ਸਾਬੂ ਮਾਜਰੀ ਦਾ ਕਹਿੰਦੇ ਜਾਂ ਉਸਦਾ ਵੀਰ ਬੱਲੇ ਪਰੇ ਹਟ ਜਾ ਪਰਤਿਆ ਮੁੰਡਿਆਂ ਦਾ ਜ਼ੋਰ ਦੇਖ ਪਰਕੇ ਜਾਂਦੇ ਜ਼ੋਰ ਜਵਾਨਾਂ ਵਿੱਚ ਖੇਡ ਦੇ ਖਿਡਾਰੀ ਮੈਦਾਨਾਂ ਵਿੱਚ ਪਰਕੇ ਜਾਂਦੇ ਨੇ ਜ਼ੋਰ ਜਵਾਨਾਂ ਵਿੱਚ ਖੇਡ ਦੇ ਖਿਡਾਰੀ ਮੈਦਾਨਾਂ ਵਿੱਚ ਉਧਰੋਂ ਫੋਟੋ ਵੱਜਿਆ ਰਾਮਾ ਵੀ ਇਸ ਵਾਲਾ ਤੇ ਮਾਸਟਰ ਸੁਖਵਾਤ ਸਿੰਘ ਜੀ ਚੌਂਕੀ ਮਾਨਾ ਵਾਲੇ ਜਿਹੜੇ ਜਾਫੀ ਨੇ ਹੁਣ ਜੱਫਾ ਲਾਇਆ ਨਾ 200 ਦੇ ਵੱਡੇ ਮਾਨੇ ਲੈ ਵੀ ਬੁੱਟਿਆ ਜਿਹੜੇ ਜਾਫੀ ਨੇ ਹੁਣ ਜੱਫਾ ਲਾਇਆ ਨਾ ਦੋ ਸੌ ਦੇ ਵੱਡੇ ਮਨ ਕਰਦੇ ਕਰਮੀਤ ਬਿੱਟੂ ਆਪਾਂ ਤੁਹਾਡੇ ਵੀ ਪੈਸੇ ਲੰਘ ਗਏ ਦਲਜੀਤ ਸਾਡਾ ਵੀ ਕੈਨੇਡਾ ਤੋਂ ਆਇਆ ਹੋਇਆ ਲੋਕੀ ਕਹਿੰਦਾ ਕੈਨੇਡਾ ਵਿੱਚ ਪੈਸੇ ਬੜੇ ਬਣਦੇ ਨੇ ਪਰ ਜਿਹੜੇ ਕਮਾਉਂਦੇ ਆ ਉਹਨਾਂ ਨੂੰ ਪਤਾ ਹੁੰਦਾ ਵੀ ਪੈਸੇ ਕਿਵੇਂ ਬਣਦੇ ਨੇ ਕਿਉਂਕਿ ਮਿਹਨਤ ਬੜੀ ਕਰਨੀ ਪੈਂਦੀ ਹੈ ਲੱਕੀ ਵੀਰੇ ਮਿਹਨਤ ਦਾ ਫਲ ਮਿੱਠਾ ਹੁੰਦਾ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਵਿਦੇਸ਼ਾਂ ਦੇ ਵਿੱਚ ਜਾ ਕੇ ਉਹਨਾਂ ਦੇ ਤਕੜੇ ਕਾਰੋਬਾਰ ਨੇ ਲਓ ਦੂਸਰੇ ਬੰਨੇ ਫੇਰ ਕਬੱਡੀ ਪੈ ਗਈ ਹੈ ਉੱਧਰ ਸਾਡਾ ਵੀ ਤੇਜਾ ਕੈਨੇਡੀਅਨ ਪੁੱਜਿਆ ਹੋਇਆ ਸੁਖਦੌਲਤ ਵਾਲਾ ਕਹਿੰਦਾ ਵਿੱਕੀ ਨੂੰ ਆਪਾਂ ਸਪੋਰਟ ਕਰ ਰਹੇ ਜਿੰਨੇ ਜੱਫੇ ਲਾਊ ਬਾਈ 300 ਰੁਪਇਆ ਕਰ ਦਿੰਦੇ ਹੈ ਸੋ ਸਾਡੇ ਬਾਈ ਦਾ ਧੰਨਵਾਦ ਕਰਦੇ ਕਿਉਂਕਿ ਬਾਈ ਤੁਹਾਡੇ ਸਿਰ ਤੇ ਟੂਰਨਾਮੈਂਟ ਹੁੰਦੇ ਨੇ ਕਿਉਂਕਿ ਗਰੀਬ ਘਰ ਦਾ ਮੁੰਡਾ ਸੀ ਇਕੱਠੇ ਕਬੱਡੀ ਖੇਡਿਆ ਸਾਨੂੰ ਪਤਾ ਕਿਉਂਕਿ ਅੱਜ ਕੱਲ੍ਹ ਮੇਰੇ ਸਪੋਰਟ ਬੜੇ ਘੱਟ ਕਰਦੇ ਤੁਹਾਡੇ ਪਿੰਡ ਦਾ ਭਵਿੱਖ ਆ ਕਹਿੰਦੇ ਵਿੱਕੀ ਜਿੰਨੇ ਜੱਫੇ ਲਾਊ ਤੇਜਾ ਮੇਰੇ ਕੋਲ ਖੜਾ ਸਾਡਾ ਬਾਈ ਕਹਿੰਦਾ ਉਨੇ ਆਪਾਂ ਮੈਚ ਦੇ ਜੱਫੇ ਦੇਵਾਂਗੇ ਸਵਾਦ ਆਉਣ ਵਾਲੀ ਗੱਲ ਹੈ ਪਰ ਉੱਧਰ ਕਹਿੰਦੇ ਦੀਪੂ ਹੈ ਇਹ ਵੀ ਕਹਿੰਦੇ ਉੱਪਰ ਦਾ ਖਿਡਾਰੀ ਆ ਮੇਰੇ ਵੀਰੋ ਲਓ ਦੀਪੂ ਦੀ ਪੈਂਦੀ ਹੋਈ ਕਬੱਡੀ ਹੈ ਤੇ ਚਾਰ ਜਾਫੀ ਬੱਧਣੀ ਵਾਲੇ ਖੜੇ ਨੇ ਜੱਸਾ ਸੰਗਤਪੁਰੀਆ ਇੰਗਲੈਂਡ ਦੀ ਧਰਤੀ ਤੇ ਖੇਡਿਆ ਨਾਲ ਵਿੱਕੀ ਸਕਦੌਲਤ ਦੀ ਧਰਤੀ ਦਾ ਜਿੱਥੋਂ ਦਾ ਕਾਕਾ ਜਿੱਥੋਂ ਦਾ ਮਾਨ ਜਿੱਥੋਂ ਦਾ ਜੀਤੀ ਜਿੱਥੋਂ ਦਾ ਜਗਦੇਵ ਉਹਗੇ ਗੀਤਕਾਰਾਂ ਦੇ ਵਿੱਚ ਵੱਡਾ ਨਾਂ ਹੈ ਮੇਰੇ ਪੰਜਾਬੀ ਵੀਰੋ ਲਓ ਸੰਮੀ ਜੰਡੀ ਵਾਲਾ ਨਹੀਂ ਮੰਨਦਾ ਜੱਸੀ ਦੋਨੇ ਰਲ ਕੇ ਫੈਸਲੇ ਕਰਦੇ ਨੇ ਕੇ ਸੀਟੀ ਵੱਜਦੀ ਜੱਸੀ ਦੇਖ ਫੈਸਲਾ ਕਰਦਾ ਉੱਧਰ ਸਾਹਮਣੇ ਕਹਿੰਦੇ ਜਸ਼ਨ ਨੇ ਪਾਣੀ ਦੀ ਘੁੱਟ ਪੀਤੀ ਆਲਮਗੀਰ ਪਿੰਡ ਹੈ ਕਿ ਬੁੱਲ ਸੁੱਕ ਕੇ ਦਦਾਸਿਆਂ ਵਾਲੇ ਕਿ ਪਾਣੀ ਤਾਂ ਪਿਆ ਦੇ ਸੱਜਣਾ ਪਾਣੀ ਦੀ ਘੁੱਟ ਪੀਤੀ ਆ ਕਹਿੰਦੇ 51,000 ਤੇ ਮੋਹਰ ਲਾਉਣੀ ਹੈ ਤੇ ਦੂਜਾ ਨਾਮ 31,000 ਰੁਪਇਆ ਪਰ ਉੱਧਰ ਕਹਿੰਦੇ ਆਲਮਗੀਰ ਜਸ਼ਨ ਕਬੱਡੀ ਪਾਉਂਦਾ ਹਾਂਜੀ ਜਗਰਾਜ ਸਿੰਘ ਜੀ ਪ੍ਰਧਾਨ ਸੈਕਟਰੀ ਸਾਡੇ ਦੋਨੇ ਵੀਰ ਤੇ ਸੁਖਵਿੰਦਰ ਸਿੰਘ ਜੀ ਕਾਲਾ ਅਮਨਜੋਤ ਜੀ ਜੇ ਫੈਸਲਾ ਹੋ ਗਿਆ ਤਾਂ ਟੀਮਾਂ ਜ਼ਰੂਰ ਬੇਨਤੀ ਕਰ ਲਿਓ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਉੱਧਰ ਧੰਨਵਾਦ ਕਰਦੇ ਆ ਦਲਜੀਤ ਮੱਲੀ ਕੈਨੇਡਾ ਤੇ ਗੁਰਮੀਤ ਬਿੱਟੂ ਸਾਡਾ ਭਰਾ ਮੇਰੇ ਕੋਲ ਖੜੇ ਜਿਨ੍ਹਾਂ ਦੇ ਪਰਿਵਾਰ ਵੱਲੋਂ 1,00,000 ਰੁਪਇਆ ਦਿੱਤਾ ਜਾ ਰਿਹਾ ਹੈ ਰਵੀ ਯੂਐਸਏ ਵਾਲੇ ਦਾ ਧੰਨਵਾਦ ਹੈ 77,000 ਦਾ ਬੜੀ ਵੱਡੀ ਰਕਮ ਹੈ ਸਰਬਜੀਤ ਮਨੀਲਾ ਵਾਲਾ ਸਾਡਾ ਵੀਰ ਹਰ ਸਾਲ ਵੱਡੇ ਸਹਿਯੋਗ ਦਿੰਦਾ ਹੈ ਤੇ ਬਲਜੀਤ ਕੌਰ ਮੱਲੀ ਟਰੈਵਲ ਵਾਲੇ ਦਾ ਧੰਨਵਾਦ ਕਰਦੇ ਹੈ ਬਾਈ ਪ੍ਰਭਜੋਤ ਕਲੇਰ ਤੇ ਗੋਲੂ ਬਾਈ ਆਪਾਂ ਸਭ ਦੇ ਨਾਲ ਬੋਲਦਾਂਗੇ ਹਾਂਜੀ ਬੇਨਤੀ ਹੈ ਧਰਵਿੰਦਰ ਵੀਰ ਸਾਡਾ ਧਰਵਿੰਦਰ ਵੀਰ ਸੱਤ ਵਾਰ ਇੱਕ ਮਿੰਟ ਬਾਈ ਕਲੱਬ ਦੇ ਵੀਰ ਨੇ ਉਹਨਾਂ ਵੱਲੋਂ 200 ਦਾ ਨਾਮ ਮੈਕੋ ਟੂ ਲੱਕੀ ਧਰਵਿੰਦਰ ਵੀਰ ਵੱਲੋਂ 200 ਦੀ ਕਬੱਡੀ ਹੈ ਮੈਕ ਤੇ ਸਾਡਾ ਵੀਰ ਲੱਕੀ ਹੈ ਇੱਕ ਸਾਡੀ ਬੇਨਤੀ ਆ ਬਾਈ ਜੀ ਜਿਨ੍ਹਾਂ ਦੀ ਨਾ ਦਾਰੂ ਪੀਤੀ ਹੋਈ ਹੈ ਨਾ ਪੈਗ ਸ਼ੈਗ ਲਾਇਆ ਹੋਇਆ ਵੈਸੇ ਸ਼ਾਮਾਂ ਪਈਆਂ ਹੋਈਆਂ ਨੇ ਕਈਆਂ ਦੇ ਮੂਡ ਬਣ ਗਏ ਨੇ ਕਈਆਂ ਨੇ ਬਣਾਉਣੇ ਨੇ ਇੱਕ ਬੇਨਤੀ ਆ ਮੇਰੇ ਹੱਥ ਜੋੜ ਕੇ ਨਾ ਮੈਂ ਸਭ ਦੇ ਬੋਲੂਗਾ ਨਾ ਨਹੀਂ ਮੈਂ ਰਹਿੰਦਾ ਕਿਉਂਕਿ ਤੁਸੀਂ ਪੈਸੇ ਲਾਉਂਦੇ ਟੂਰਨਾਮੈਂਟ ਬਾਈ ਤੁਹਾਡੇ ਕਰਕੇ ਆਉਂਦਾ ਪਰ ਕਿਰਪਾ ਕਰਕੇ ਮੇਰੇ ਅੱਗੇ ਨਾ ਕੱਪੜੇ ਨਾ ਖਿੱਚੋ ਯਾਰ ਬਾਈ ਬਣ ਕੇ ਦੋ ਮੈਚ ਨੇ ਆਹ ਲੋਕ ਇੰਨੇ ਖੜੇ ਨੇ
ਇਹਨਾਂ ਦਾ ਕੀ ਕਸੂਰ ਹੈ ਸਰ ਮੈਚ ਦੇਖਣ ਆਏ ਨੇ ਅਸੀਂ ਮੈਚ ਦੇਖਣ ਜਾਣਾ ਪੱਬੀਆਂ ਦੇ ਕਬੱਡੀ ਕੱਪ ਤੇ ਟੀਮਾਂ ਬਾਈ ਪਹਿਲਾਂ ਹੀ ਬੜੀਆਂ ਘੱਟ ਆਈਆਂ ਨੇ ਕਿਉਂਕਿ ਅੱਜ 25 ਟੂਰਨਾਮੈਂਟ ਨੇ ਤੁਸੀਂ ਕਰਮ ਵਾਲੇ 16 ਟੀਮਾਂ ਪਹੁੰਚੀਆਂ ਹੋਈਆਂ ਨੇ ਜੇ ਹੁਣ ਵੀ ਲੋਕਾਂ ਨੂੰ ਸਵਾਦ ਨਾ ਆਇਆ ਬਾਈ ਸੱਚ ਜਾਣੋ ਗੱਲ ਨਹੀਂ ਬਣਦੀ ਕਿਉਂਕਿ ਮੇਰੇ ਗਵਾਂਢ ਪਿੰਡ ਬੋਪਰਾ ਇਕਲਾ ਮੈਚ ਆ 1 ਲੱਖ ਰੁਪਇਆ ਦੋ ਮੋਟਰਸਾਈਕਲ ਆ ਸੱਚ ਜਾਣੋ ਧਵਣੀ ਹੋਣਾ ਨਾ ਰਵੀ ਹੋ ਜਾਂ ਭਰਾ ਮੇਰੇ ਕਿਉਂਕਿ ਕੱਲ ਮੈਨੂੰ ਬੋਪਰਾ ਵਾਲੇ ਕਹਿੰਦੇ ਤੈਨੂੰ ਪੈਸੇ ਨਹੀਂ ਦੇ ਤੂੰ ਕੱਲ ਪੱਬੀਆਂ ਜਾਣਾ ਮੈਂ ਕਿਹਾ ਮੇਰੀ ਗੱਲ ਹੋਈ ਆ ਪ੍ਰਧਾਨ ਦੇ ਨਾਲ ਟਿੱਟੂ ਦੇ ਨਾਲ ਮੈਂ ਬਾਈ ਉਹ ਟੂਰਨਾਮੈਂਟ ਛੱਡ ਕੇ ਆਇਆ ਮੈਨੂੰ ਫੋਨ ਆਇਆ ਕਹਿੰਦੇ 5 ਟੀਮਾਂ ਪਹੁੰਚੀਆਂ ਨੇ ਸਾਡੇ ਟੂਰਨਾਮੈਂਟ ਤੇ ਬਾਈ ਤੁਸੀਂ ਕਰਮ ਵਾਲੇ ਹੋ ਬਾਈ ਵੜ ਕੇ ਮੇਰੇ ਝੱਗੀ ਰੱਖੀ ਤੁਸੀਂ ਬੋਲਣੀ ਆਵੇ ਬੋਲਾਂਗੇ ਜੇ ਕਿਤੇ ਨਾ ਰਹਿੰਦਾ ਮੈਂ ਮਾਫੀ ਚਾਹੁੰਦਾ ਨਾ ਆਪਣਾ 500 ਰੁਪਏ ਦੇ ਕੇ ਵੀ ਤੂੰ ਸਹੀ ਕਰਵਾ ਲਵੀ ਬੈਠੇ ਹੀ ਆ ਸਾਰੇ ਭਰਾਵੇਂ ਤਾਰੇ ਸਾਰਾ ਧੰਨਵਾਦ ਕਰਦਾ ਵਿਸ਼ੇਸ਼ ਤੌਰ ਤੇ ਲਓ ਕਾਲੀ ਵੀ ਪੈਂਦੀ ਹੋਈ ਕਬੱਡੀ ਮੇਰੇ ਪੰਜਾਬੀ ਵੀਡੀਓ ਲਓ ਇੱਕ ਬੰਨੇ ਕਾਲੀ ਮੁੱਲਾਪੁਰ ਵਾਲਾ ਤੇ ਦੂਸਰੇ ਬੰਨੇ ਬੱਲੇ ਫੱਲੇ ਪਰ ਪੁਆਇੰਟ ਕਾਲੀ ਡਾਖਾ ਵਾਲਾ ਲੈ ਗਿਆ ਉਧਰ ਸਾਹਮਣੇ ਕਹਿੰਦੇ ਜਸ਼ਨ ਆਲਮ ਗੀਰੀ ਕਬੱਡੀ ਪਾਉਂਦਾ ਗਰਮੀਤ ਬਿੱਟੂ ਕਿਉਂਕਿ ਜਿੰਨਾ ਸਾਡੀ ਪੁਰਾਣੀ ਸਾਂਝ ਆ ਲੈ ਵੀ ਤਰਵੀਰ ਵੱਲੋਂ ਵੀ 200 ਨਾਮ ਆ ਬਈ ਕਾਲੀ ਤੇਰੇ ਅੱਗੇ ਗਰਾਊਂਡ ਜਿਹੜੀ ਕਰਮ ਵਾਲੀ ਆ ਬਈ 15 ਸਾਲੇ ਗਰਾਊਂਡ ਵਿੱਚ ਕਬੱਡੀ ਖੇਡੇ ਆ ਜਿਹੜੇ ਪੁਰਾਣੇ ਆ ਨਾ ਪੱਬੀਆਂ ਵਾਲੇ ਸਾਰੇ ਵਿੱਚ ਜਗਰਾਜ ਹੋਣੀ ਬੈਠੇ ਨੂੰ ਪਤਾ ਕਿਉਂਕਿ ਗਰਾਊਂਡ ਨਾਲ ਸਾਡੀ ਪੁਰਾਣੀ ਸਾਂਝ ਆ ਬਈ ਜੀ ਕਿਉਂਕਿ ਮੈਂ ਆਪਦਾ ਗਵਾਂਢ ਪਿੰਡ ਟੂਰਨਾਮੈਂਟ ਛੱਡ ਕੇ ਇੱਥੇ ਪੁੱਜਿਆ ਮੈਂ ਕਿਉਂਕਿ ਗੱਲ ਹੋਈ ਆ ਸਾਡੀ ਵਿੱਚ ਜਮਾਨ ਵੀ ਕੋਈ ਚੀਜ਼ ਹੁੰਦੀ ਪੈਸਾ ਨਹੀਂ ਦੇਖੀਦਾ ਹੁੰਦਾ ਇਹ ਸਾਡੀ ਪ੍ਰਬੰਧਕ ਕਮੇਟੀ ਨਾ ਜਿਹੜੀ ਸਾਡੇ ਜਗਰਾਜ ਜੀ ਕਲੱਬ ਦੇ ਸਮੂਹ ਮੈਂਬਰ ਸਹਿਬਾਨ ਉਹਨਾਂ ਕੋਲੇ ਗਏ ਵੀ ਆ ਪਰ ਉਹ ਕਹਿੰਦੇ ਸਾਡੀਆਂ ਵੀ ਡੇਟਾਂ ਪੱਕੀਆਂ ਇਹ ਕਹਿੰਦੇ ਭਾਈ ਜੇ ਸੋਡੀਆਂ ਪੱਕੀਆਂ ਤਾਂ ਪੱਕੀਆਂ ਸਾਡੀਆਂ ਵੀ ਆ ਔਰ ਜਿੰਨੀ ਵੀ ਟੀਮਾਂ ਪਹੁੰਚੀਆਂ ਅਸੀਂ ਧੰਨਵਾਦ ਕਰਦੇ ਐਨ ਆਰ ਆਈ ਵੀਰਾਂ ਵੱਲੋਂ ਗ੍ਰਾਮ ਪੰਚਾਇਤ ਵੱਲੋਂ ਪੱਬੀਆਂ ਨਗਰ ਵੱਲੋਂ ਕਲੱਬ ਦੇ ਪ੍ਰਧਾਨ ਵੱਲੋਂ ਕਲੱਬ ਦੇ ਸਮੂਹ ਮੈਂਬਰ ਸਹਿਬਾਨਾਂ ਵੱਲੋਂ ਕਿਉਂਕਿ ਅੱਜ ਦੇ ਦਿਨ ਜਿਹੜੇ ਟੂਰਨਾਮੈਂਟ ਅਠੂਰ ਦੇ ਵਿੱਚ ਵੀ ਚੱਲ ਰਿਹਾ ਗੋਪਾਰਾਵਾਂ ਦੇ ਵਿੱਚ ਮਾੜੀ ਮੁਸਤਬਾ ਕਹਿੰਦੇ ਵੀ ਉੱਥੇ ਵੀ ਮੇਲਾ ਹੁੰਦਾ ਪੀਰਾਂ ਦਾ ਔਰ ਜੋਗੀ ਪੀਰ ਦਾ ਉੱਥੇ ਵੀ ਮੇਲਾ ਲੱਗਦਾ ਜਿਵੇਂ ਆਪਣੇ ਮੇਲਾ ਲੱਗਦਾ ਪਰ ਫਿਰ ਵੀ 16 ਜਿਹੜੀਆਂ ਟੀਮਾਂ ਆਈਆਂ ਉਹ ਸਿਰੇ ਦੀਆਂ ਪਹੁੰਚੀਆਂ ਸਾਡਾ ਵੀ ਰਾਣਾ ਗਰੀਸ ਵਾਲਾ ਪੁੱਜਿਆ ਹੋਇਆ ਚੌਂਕੀ ਮਾਨ ਦੇ ਵਿੱਚ ਵੱਡਾ ਜਿਹੜਾ ਪ੍ਰੋਗਰਾਮ ਕਰਾਉਂਦਾ ਹੈ ਰਾਣਾ ਗਰੀਸ ਤੇ ਮਾਟੇ ਸੁਖਵੰਤ ਸਿੰਘ ਨਾਲ ਸਾਡੀ ਪੁਰਾਣੀ ਸਾਂਝ ਆ ਉਹਨਾਂ ਵੱਲੋਂ ਰੈਫਰੀਆਂ ਦੇ ਲਈ ਤੇ ਬੁਲਾਰਿਆਂ ਲਈ ਮੈਚ ਦੇ ਗੱਫੇ ਭੇਜ ਰਿਹਾ ਸਾਡੇ ਵੀਰ ਦਾ ਧੰਨਵਾਦ ਕਰਦੇ ਹਾਂ ਬੜਾ ਸੋਹਣਾ ਪਹਿਲਾ ਸੈਮੀ ਖੇਡਿਆ ਜਾ ਰਿਹਾ ਹੈ ਇਹਦੀ ਟੀਮ ਇਹਨਾਂ ਵਿੱਚੋਂ ਜਿੱਤੂਗੀ 31,000 ਜਿੱਤਣੀ ਹੈ ਉਹ ਤੋਂ ਬਾਅਦ ਫਾਈਨਲ ਵਿੱਚ ਤੀਰ ਕਮਾਨ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਜਸ਼ਨ ਕਹਿੰਦੇ ਆਲਮਗੀਰੀ ਆ ਕਬੱਡੀ ਪਾਉਂਦਾ ਹੈ ਟੈਪ ਤੇ ਮੁੜਕਾ ਚਾਹੁੰਦਾ ਮੇਰੇ ਵੀਰਿਓ ਕਿ ਗੱਲ ਸਿੱਧੀ ਨਿਸ਼ਾਨੇ ਬੱਜੂ ਬੇਸ਼ੱਕ ਜਾਂਦੀ ਢੇਡੀ ਆ ਕਿ ਸੰਗਤਾਂ ਸ਼ੀਸ਼ੀਆਂ ਪੀ ਕੇ ਕਿੰਨਾ ਨੇ ਕੌਡੀ ਖੇਡੀ ਆ ਤੜਕੇ ਉੱਠ ਕੇ ਚਮਚਾ ਲਾਉਣਾ ਦਾਰੂ ਪੀ ਕੇ ਠੇਕੇ ਤੋਂ ਆਉਣਾ ਇਹ ਕੰਮ ਖਿਡਾਰੀ ਨੂੰ ਕਿੱਥੇ ਫੱਬਦੇ ਨੇ ਬੋੜਾਂ ਉੱਤੇ ਬਹਿ ਕੇ ਲੱਖੀ ਸਾ ਕਿੱਥੇ ਬੀਜੇ ਲੱਗਦੇ ਨੇ ਬੋੜਾਂ ਉੱਤੇ ਬਹਿ ਕੇ ਲੱਖੀ ਸਾ ਕਿੱਥੇ ਬੀਜੇ ਲੱਗਦੇ ਨੇ ਜਸ਼ਨ ਆ ਮੇਰੇ ਵੀਰਿਓ ਪਰ ਦੂਜੇ ਪਾਸੇ ਕਹਿੰਦੇ ਜੱਫਾ ਲਾਉਣ ਦੀ ਗੱਲ ਕਰਦਾ ਪਰ ਜਸ਼ਨ ਅੱਗਾ ਪੀ ਟੀਮ ਦੇ ਹਿੱਸੇ ਜੁੜਦਾ ਹੋਇਆ ਉਧਰੋਂ ਸਾਡੇ ਤਨ ਤਨ ਬਾਬਾ ਆਨੰਦ ਸਿੰਘ ਜੀ ਟਰੈਵਲ ਐਂਡ ਆਈਲੈਸ ਸੈਂਟਰ ਵੱਲੋਂ ਜਗਰਾਓ ਵੱਲੋਂ ਬਲਜੀਤ ਕੌਰ ਜੀ ਮੱਲੀ ਉਹਨਾਂ ਦੀ ਤਰਫੋਂ ਤੇ ਧਰਮਿੰਦਰ ਵੀਰ ਵੱਲੋਂ ਬਹੁਤ ਸਾਰਾ ਮਾਣ ਪੁੱਜਿਆ 200 ਰੁਪਏ ਦਾ ਮਾਣ ਪੁੱਜਦਾ ਕਰਕੇ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਲੈ ਕਾਲੀ ਦੀ ਪੈਂਦੀ ਹੋਈ ਕਬੱਡੀ ਜਿਹੜਾ ਨੂੰ ਰੱਖੂਗਾ ਧਰਮਿੰਦਰ ਵੀਰ ਵੱਲੋਂ 100 ਦਿੱਤਾ ਜਾਣਾ ਹੈ ਔਰ ਉਧਰੋਂ ਬੱਲੇ ਬੱਲੇ ਕਾਲੀ 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 ਪੁਆਇੰਟ ਕਾਲੀ ਦਾ ਉਧਰ ਸਾਡਾ ਵੀਰ ਤੇਜਾ ਕੈਨੇਡਰ ਸੁਖਦੌਲਤ ਵਾਲਾ ਪੁੱਜਿਆ ਬਈ ਆਪਾਂ 500 ਕਰ ਦਿੰਦੇ ਹਾਂ 300 ਕਿੱਥੇ ਤੜਾਉਂਦੇ ਫਿਰਾਂਗੇ 500 ਕਰ ਦਿੰਦੇ ਹਾਂ ਹੁਣ ਕਿਉਂਕਿ ਤੁਹਾਨੂੰ ਬਾਈ ਜੀ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਕਿਸੇ ਮੁੰਡੇ ਦਾ ਬੜੀ ਮਿਹਰ ਸਾਲ ਬਾਅਦ ਉਹ ਟੂਰਨਾਮੈਂਟ ਆਉਂਦਾ ਤੇਜਾ ਕੈਨੇਡੀਅਨ ਨੇ ਸਾਡਾ ਵੀ ਸੁਖਦੌਲਤ ਵਾਲਾ ਮੇਰੇ ਕੋਲ ਖੜਾ ਵਿੱਕੀ ਜਿੰਨੇ ਜੱਫੇ ਲਾਊਗਾ ਕਹਿੰਦਾ 500 ਰੁਪਏ ਦਿੱਤਾ ਜਾਣਾ ਇਹ ਸਾਡੀ ਵਾਲੀ ਗੱਲ ਹੈ ਸਰਬਜੀਤ ਵੀਰ ਵੱਲੋਂ ਧਰਮਿੰਦਰ ਵੀਰ ਵੱਲੋਂ ਪੁੱਜਿਆ ਹੋਇਆ ਰਵੀ ਯੂਐਸਏ ਵੱਲੋਂ 500 ਦੇ ਵੱਡੇ ਮਾਣ ਪੁੱਜਦੇ ਹੋਏ ਨੇ ਨਾਲ ਹਰਜੀਤ ਸਿੰਘ ਇਹ ਸਾਡਾ ਵੀਰ ਇਟਲੀ ਵਾਲਾ ਔਰ ਉਹਨਾਂ ਵੱਲੋਂ ਵੀ 500 ਦੇ ਵੱਡੇ ਮਾਣ ਨੇ ਕਾਲੀ ਦੇ ਲਈ ਕਿਹਨਾਂ ਵੱਲੋਂ ਜੀ ਸਾਬਕਾ ਸਰਪੰਚ ਬਦਨ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਕਾਲੀ ਦੇ ਲਈ ਹੈ ਉਧਰ ਲੱਗੀ ਟੱਟ ਜਸ਼ਨ ਅਲਮਗੀਰੀ ਆ ਕਬੱਡੀ ਪਾਉਂਦਾ ਪਰ ਕਹਿੰਦੇ ਆ ਲੀਰਾ ਵਾਲਾ ਜਾਫੀ ਹੈ ਦੀਪਾ ਨਾਮਾ ਮੇਰੇ ਵੀਰੇ ਬੜਾ ਵੱਧ ਖਾਣਾ ਜਾਫੀ ਹੈ ਪਰ ਜਸ਼ਨ ਆ ਕਾਪੀ ਟੀਮ ਦੇ ਹਿੱਸੇ ਜੁੜ ਚੁੱਕੇ ਹੈ ਤੀਜਾ ਕੈਨੇਡੀਅਨ ਸੁਖਦੌਲਤ ਵਾਲਾ ਪੁੱਜਿਆ ਹੋਇਆ ਕਹਿੰਦਾ ਵਿੱਕੀ ਜਿੰਨੇ ਜੱਫੇ ਲਾਵੇਗਾ ਮੈਚ ਖਤਮ ਆ ਲੈ ਵੀ ਤੀਜੇ ਵਿੱਚ 500 ਰੁਪਏ ਆਪਾਂ ਵਿੱਕੀ ਨੂੰ ਦੇ ਦਿੰਦੇ ਆ ਕਿਉਂਕਿ ਬੜਾ ਸੋਹਣਾ ਮੈਚ ਖੇਡਿਆ ਗਿਆ ਕਿਉਂਕਿ ਥੋਡੀ ਬਾਈ ਹੱਲਾ ਸ਼ੇਰੀ ਖਿਡਾਰੀ ਨੂੰ ਸਟਾਰ ਬਣਾ ਦਿੰਦੀ ਹੈ ਕਿਉਂਕਿ ਇਹ ਜਿਹੜੇ ਟੂਰਨਾਮੈਂਟ ਹੁੰਦੇ ਐਨ ਆਰ ਆਈ ਦੇ ਸਿਰ ਤੇ ਹੁੰਦੇ ਦਲਜੀਤ ਸਾਡਾ ਭਰਾ ਖੜਾ ਕੈਨੇਡਾ ਵਾਲਾ ਲੱਖ ਰੁਪਏ ਜੇ ਮੰਨੀਏ ਰਾਤ ਬੜੀ ਵੱਡੀ ਹੈ ਰਵੀ ਯੂਐਸਏ ਵਾਲਾ ਸਾਹਮਣੇ ਖੜਾ 70,000 ਰੁਪਏ ਬੜਾ ਵੱਡੀ ਇੱਕ ਬੇਨਤੀ ਹੈ ਉਸ ਤੋਂ ਬਾਅਦ ਜਿਹੜੀ ਲਿਸਟ ਆ ਨਾ ਉਹ ਦਾਨੀ ਭਰਾਵਾਂ ਦੀ ਲਗਾਤਾਰ ਤੋਂ ਬੋਲਦੇ ਬੱਧਣੀ ਕਲਾਂ ਦੇ ਪੁਆਇੰਟ 13 ਤੇ ਮਾਜਰੀ ਦੇ 11.5 ਬੱਧਣੀ ਖੁਰਦ ਜਿੱਤ ਗਈ ਹੈ ਜੀ ਪ੍ਰਬੰਧਕ ਨੋਟ ਕਰਨਗੇ ਲੱਕੀ ਟੱਟ ਜੀ ਮੈਂ ਤੇ ਦਾਨੀ ਵੀਰਾਂ ਦਾ ਵੇਰਵਾ ਦੇਣਗੇ ਲੱਕੀ ਟੱਟ ਜੀ ਨਾਲ ਹੀ ਪ੍ਰਭ ਜੋਤ ਕਲੇਰ ਸਾਡਾ ਭਰਾ ਕਬੱਡੀ ਦਾ ਖਿਡਾਰੀ ਹੈ ਉਸ ਵੀ ਦਾ ਵੀ ਧੰਨਵਾਦ ਕਰਦੇ ਹਾਂ ਇੱਕ ਸਾਡੀ ਬੇਨਤੀ ਹੈ ਖਜ਼ਾਨਚੀ ਜਿਹੜੇ ਸਾਡੇ ਨੇ ਉਹ ਕਰਾ ਪਿੰਦਰ ਪਿੰਦਰ ਵਾਰੀਆ ਜੀ ਬਾਈ ਪਿੰਦਰ ਜੀ
ਜਿਹੜਾ ਫੈਸਲਾ ਹੋਇਆ ਕੀ ਹੋਇਆ ਟੀਮਾਂ ਮਿਲਾ ਦਿਓ ਜੀ। ਦੂਜਾ ਸੈਮੀ ਫਾਈਨਲ ਹੈ, ਫਾਈਨਲ 'ਚ ਚਲੀ ਗਈ ਆ ਟੀਮ ਬਦਣੀ ਖੋਰਦ। ਆ ਗਏ ਵੀਰੇ, ਲੱਗਣਗੇ 2 ਮਿੰਟ। ਠੀਕ ਆ ਜੀ, 2 ਮਿੰਟ ਲੱਗਣਗੇ ਤੇ ਲੱਕੀ ਟਾਟਾ ਅਦਾਨੀ ਵੀਰਾਂ ਦਾ ਇੱਕ ਵਾਰੀ ਵੇਰਵਾ ਦੇ ਦਿਓ, ਉੱਧਰ 2 ਮਿੰਟ ਲੱਗਣਗੇ। ਹਾਂਜੀ, ਅਸੀਂ ਧੰਨਵਾਦ ਕਰਾਂਗੇ ਸਾਡੇ ਵੀਰ ਦਲਜੀਤ ਸਿੰਘ ਜੀ ਮੱਲੀ ਕੈਨੇਡਾ, ਗੁਰਮੀਤ ਸਿੰਘ ਜੀ ਬਿੱਟੂ ਪ੍ਰਧਾਨ, ਉਹਨਾਂ ਵੱਲੋਂ 1 ਲੱਖ ਰੁਪਏ ਦਾ ਯੋਗਦਾਨ ਹੈ ਤੇ ਨਾਲ ਰਵੀ USA 77,000 ਰੁਪਏ ਦਾ ਯੋਗਦਾਨ ਹੈ। ਸਰਬਜੀਤ ਸਿੰਘ ਜੀ ਮੰਡੀਲਾ ਸਰਪੰਚ, ਰਣਜੀਤ ਸਿੰਘ ਜੀ ਕੋਟੇ ਹਾਂਸ, 55,000 ਰੁਪਏ ਦਾ ਯੋਗਦਾਨ ਹੈ ਤੇ ਨਾਲ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਟਰੈਵਲ ਐਂਡ ਆਈਲੈਸ ਸੈਂਟਰ ਜਗਰਾਓਂ, ਬਲਜੀਤ ਕੌਰ ਜੀ ਮੱਲੀ ਪੱਬੀਆਂ ਵਾਲੇ, ਉਹਨਾਂ ਵੱਲੋਂ ਵੀ 25,000 ਰੁਪਏ ਦਾ ਯੋਗਦਾਨ ਹੈ। ਔਰ ਹਰਪ੍ਰੀਤ ਸਿੰਘ ਜੀ ਹੈਪੀ ਸਰਪੰਚ ਟੱਕਰ ਵੱਲ 11,000 ਰੁਪਏ, ਗੁਲਵਾਰ ਸਿੰਘ ਜੀ ਤੂਰ PCS ਅੰਮ੍ਰਿਤਸਰ, ਸੁਖਮੀਤ ਸਿੰਘ ਜੀ ਤੂਰ ਕੈਨੇਡਾ 11,000 ਰੁਪਏ, ਦਲਜੀਤ ਸਿੰਘ ਜੀ ਬਿੱਟੂ ਪਨੇਰ 11,000 ਰੁਪਏ, ਦੀਪ ਗਰੇਵਾਲ ਜੀ 11,000 ਰੁਪਏ, ਸਵਰਗ ਵਾਸੀ ਜਗਦੇਵ ਸਿੰਘ ਜੀ ਥਾਣੇਦਾਰ ਦੇ ਪਰਿਵਾਰ ਵੱਲੋਂ ਵੀ 11,000 ਰੁਪਏ ਦਾ ਯੋਗਦਾਨ ਹੈ। ਭਾਈ ਪਰੋਵਾਲ ਦੀ ਟੀਮ ਨੂੰ ਬੇਨਤੀ ਹੈ 2 ਮਿੰਟਾਂ ਦੇ ਵਿੱਚ ਕਮੇਟੀ ਕੋਲੇ ਆ ਜਾਓ, ਨਹੀਂ ਟੀਮ ਕੱਟੀ ਜਾਣੀ। ਅਸੀਂ ਤੀਜਾ ਕੈਨੇਡੀਅਨ ਸੁਖਦੌਲਤ ਵਾਲੇ ਭਰਾ ਦਾ ਧੰਨਵਾਦ ਕਰਦੇ ਹਾਂ। ਸਾਉਣ ਵਾਲੇ ਵੀਰ ਨੂੰ ਬੇਨਤੀ ਆ ਬਾਜੀ, ਆਵਾਜ਼ ਤੇਰੀ ਘੱਟ ਹੁੰਦੀ ਜਾਂਦੀ ਹੈ, ਬਾਬਾ ਗੱਬਰ ਸਾਉਂਡ ਉਮਰੀ ਆਣਾ, ਬੜੀ ਪਿਆਰੀ ਸਾਉਂਡ ਹੈ। ਹਾਂਜੀ, ਦਲਜੀਤ ਸਿੰਘ ਜੀ ਮੱਲੀ ਕੈਨੇਡਾ, ਉਹਨਾਂ ਵੱਲੋਂ 1 ਲੱਖ ਰੁਪਏ ਦਾ ਯੋਗਦਾਨ ਹੈ, ਰਵੀ USA 77,000 ਰੁਪਏ ਦਾ ਯੋਗਦਾਨ ਹੈ, ਸਰਬੀਰ ਸਿੰਘ ਜੀ ਮੰਡੀਲਾ ਵੱਲੋਂ 55,000 ਰੁਪਏ ਦਾ ਯੋਗਦਾਨ ਹੈ ਤੇ ਬਲਜੀਤ ਕੌਰ ਮੱਲੀ ਉਹਨਾਂ ਦੇ ਪਰਿਵਾਰ ਵੱਲੋਂ ਵੀ 25,000 ਰੁਪਏ ਦਾ ਯੋਗਦਾਨ ਹੈ। ਆਗਿਆ ਪਿਆਲ ਗੁੜੇ ਉਹਨਾਂ ਵੱਲੋਂ ਲੈਵ ਟੈਲੀਕਾਸਟ ਜੋ ਕੀਤਾ ਜਾ ਰਿਹਾ ਹੈ, ਉਹਨਾਂ ਦੀ ਵੱਡੀ ਜ਼ਿੰਮੇਵਾਰੀ ਉਹਨਾਂ ਦੀ ਸੇਵਾ ਦੇ ਵਿੱਚ ਇਹ ਮੇਰੇ ਮਿੱਤਰੋ ਲੈਵ ਟੈਲੀਕਾਸਟ ਹੋ ਰਿਹਾ, ਕਲੱਬ ਨੂੰ ਵੱਡਾ ਯੋਗਦਾਨ ਹੈ। ਕਰਨਜੀਤ ਸਿੰਘ ਜੀ ਕੰਮਾ, ਮੱਲੀ ਭਰਾ ਮਨਜੀਤ ਸਿੰਘ ਜੀ ਕੈਨੇਡਾ 11,000 ਰੁਪਏ, ਗੁਰਮੇਲ ਸਿੰਘ ਜੀ ਢਿੱਲੋਂ ਬਰਸਾਲਾ ਵਾਲੇ ਦੋਸਤ ਨੇ, ਸਰਦਾਰ ਗੁਰਚਰਨ ਸਿੰਘ ਜੀ DSP ਪੱਬੀਆਂ ਵਿਜੀਲੈਂਸ, ਉਹਨਾਂ ਦੇ ਵੱਲੋਂ ਵੀ ਲੁਧਿਆਣਾ 11,000 ਰੁਪਏ, ਰਣਜੀਤ ਸਿੰਘ ਜੀ ਪੁੱਕੀ ਗੱਲ, ਕੁਲਵਿੰਦਰ ਸਿੰਘ ਜੀ ਗੱਲ 11,000 ਰੁਪਏ, ਅਮਰ ਸਿੰਘ ਜੀ ਕੈਨੇਡਾ 11,000 ਰੁਪਏ, ਰਾਜਵਿੰਦਰ ਸਿੰਘ ਜੀ ਕਲੇਰ 11,000 ਰੁਪਏ। ਬਈ ਬੇਨਤੀ ਹੈ ਜਿਹੜੀਆਂ ਟੀਮਾਂ ਦਾ ਫੈਸਲਾ ਹੋਣਾ ਉਹ ਜਲਦੀ ਆ ਜਾਣਾ, ਉਸ ਤੋਂ ਪਹਿਲਾਂ ਬਾਬਾ ਜੀ ਹੈਲੋ ਉੱਧਰ ਸਾਡਾ ਕੈਨੇਡੀਅਨ ਸੁਖਦੌਲਤ ਵਾਲੇ ਨੇ 1 ਮਿੰਟ ਦਾ ਪ੍ਰੂਫ ਲਿਆ, ਕਲੀਅਰ ਨਹੀਂ ਤਾਂ ਫਿਰ ਕਮੇਟੀ ਫੈਸਲਾ ਕਰਨ ਲੱਗੀ ਆ। ਕੇਸਰ ਸਾਡਾ ਵੀਰ ਪੁਆਇੰਟਾਂ ਦੇ ਡਿਊਟੀ ਦੇ ਰਿਹਾ, ਮੇਰੇ ਵੀਰ 1 ਮਿੰਟ ਜੀ। ਹਾਂਜੀ, ਇਧਰੋਂ ਕਮੇਟੀ ਦੇ ਪ੍ਰਬੰਧਕ ਗਰਾਊਂਡ ਦੇ ਵਿੱਚ ਖੜੇ ਨੇ,